अठा रकम नाज नहीं सर्दीए हासिल जिंदगी जुस्त जूए पा के हो क आ का बा आ पा का मेरा साथ मेरी बदकिसमती है थत्था थथा चूनाते कत्था अगे थानू तो पता हेलो बुर्दा थत्था नहीं तैना फिर कहना मेरा थेदा नाम लिया तलो ओ की अनीथ अनीस देप तो मार देना हूँ मैं तो कहा ही नहीं बदतमीजी ਸ਼ਹਨਸ਼ਾਹਾਂ ਕਰਦਣਾ ਉਹ ਤੇਰਾ ਥੈਨ ਥਾ ਤੂੰ ਇੱਕ ਸ਼ਹਨਸ਼ਾਹ ਨੇ ਬਨਵਾ ਕੇ ਉਹ ਤੂੰ ਤੱਥ ਵੀ ਨਹੀਂ ਨਾ ਭਾਈ ਜੀ ਖੁਦਾ ਦਾ ਵਾਸਤਾ ਜੀ ਓਏ ਤੂੰ ਨਾ ਵਿਤ ਬੋਲ ਹੈ ਤੇਰੀ ਵਾਰ ਨਾ ਮੈਨੂੰ ਆਵੇ ਥੱਥਾ ਨਹੀਂ ਤੈਨਾਂ ਕੀ ਕਹਿਣਾ ਹੈ ਆਪ ਤੈਨਾਂ ਅਨੀਥ ਥਾ ਹੱਬ ਆਵੇ ਤਾਂ ਤੋ ਤਪਾਇਆ ਮਹਿਲੀ ਦੀਨੇ ਬਲ ਲਾ ਦਲੇ ਮੈਨੂੰ ਥੱਥਾ ਨਹੀਂ ਤੈਥੇ ਤੈਨਾਂ ਤਾ ਓ ਭਾਈ ਹਾਂਜੀ ਜਨਾ ਭਾਈ ਜਾਨ ਤੁਹਾਡੇ ਨਾਲ ਜ਼ਿਆਤੀ ਹੋਏ ਨਹੀਂ ਨਹੀਂ ਬੂ ਮੈਂ ਨਾ ਨਹੀਂ ਜ਼ਿਆਤੀ ਹੋਏ ਬੂਟੇ ਮੈਂ ਦੱਸਦਾ ਖਾ इधर मेरी बचनसी भी मिस्टर थथा थथा एक प्यार बड़ा लफज है जिसमें बेपना मोहब्बत बल्कि मोहब्बत है और खुशरत है और था थे का इंग्लिश में मतलब होता है ब्यूटीफुल डों हूं जरा मैं इधर गल कर ला कि ना तो यासर तो नहीं जी जरा यहीसर लॉक कर दिया जाए जी जी اور ناظرین آج کا مسئلہ بہت غمگین ہو گیا ہے مجھے تو غنودگی عشق نے مار ڈالا ظاہر ہے کہ ایک بیسیکلی یہ ایک جانور جانور کی مطلب جانور میں دادا گل پوری سن لے کر میں چهڑا مسئلہ دس لگا تو وچ وچ ایک جانور ہے ہی ہاں نہیں جانور کی ਤੁਸੀਂ سیدھا مینوں کہہ دایا یہ ایک جانور جانور ہو گے ਤੁਸੀਂ میں کہواں معافی چاہتا ہوں کہ آپ جانور میں نے آپ کو کیسے کہا ٹھیک ہے ترا ٹھیک ہے جی کرو اوندا دیر ہان میرے ساتھ بیٹھے ہیں جنید ملک ہوں ٹھیک ہے جنید ملک صاحب کو ہیرن اور دوسرے یہ جنگلی اپنا جانور پالنے کا بہت شوق ہے یہ نو نے ڈڑا غازی خان کے علاقے سے جہاں کافی جنگلاتو نظام بھی ہے दो हिरन लपेट लपेड़ के अपने जोवा जिंदा काट ले आए और रास्ते में आते आते इनको एक हिरण के साथ मोहब्बत हो गई दूसरी हिरन जो है वो उसकी सखी बहन थे दूसरे हिरण ने अपनी एक हिरण को काफी रोका लेकिन वो इनकी बातों में आ गए दो तीन दिन बाद कुछ लोग आए और उन्होंने कहा जी कि हम गवर्नमेंट के जानवरों वाला निज़ाम है और यानी हम सरकारी जानवर वाला हैं ये बहुत प्यार करने लग गए थे उस वक्त तक अपने हिरने के साथ उन्होंने कहा कि भाई जी मैं तो बहुत मुश्किल से खुद पकड़ के लाया लाऊँगा ये किसी के भी नहीं है ये तो फिर मेरे हैं और ये पाकिस्तान की प्रॉपर्टी है फिर रहे इतने में फट कर लाए हैं हमको इसे पालने में हमको तुमने दिल दे दिया ये भी ना सोचा कौन हो तुम तो। लेकिन उन्होंने कहा कि या असी अपना कब्ज़ा ताड़ी हिरन च लवागे ਯਾ ਆਪ ਇਹਨਾਂ ਦਾ ਲਾਇਸੈਂਸ ਬਣਵਾ। ਔਰ ਇਹਨਾਂ ਨੇ ਕਿਹਾ ਜੀ ਕਿ ਲਾਇਸੈਂਸ ਕਾ ਦਾ ਮੀੜੀ ਹਿੜਨ ਦਾ ਕਿਹੜਾ ਚਲਾਨ ਹੋ ਜਾਂਦਾ ਚੋੜੀ ਜਾਂਦੀ ਦਾ ਵੀ ਮੈਂ ਲਾਇਸੈਂਸ ਬਣਾਵਾ। ਔਰ ਉਹ ਜੰਗਲੀ ਹਲਾਤ ਕਫਸਣਾਣ ਵਿੱਚੋਂ ਕੁਝ ਨੇ ਕਿਹਾ ਇਹ ਚਾਂਦ ਹੈ ਕੁਝ ਨੇ ਕਿਹਾ ਚਿਹੜਾ ਤੇਰਾ ਮੈਂ ਵਿਆਹ ਵਿੱਚ ਮੌਜੂਦ ਥਾ ਮੈਂ ਨੇ ਵੀ ਸਭ ਦੇਖਾ ਕੀਆ ਮੈਂ ਨੇ ਕਿਹਾ ਇਹ ਹਿੜਨ ਮੇਰੇ ਹੈ ਮੈਂ ਇਹ ਕabhi ਕਿਸੇ ਕੀ ਮਤ ਪਰ ਨਹੀਂ ਦੂੰਗਾ। ਲੇਕਿਨ ਨਾਜ਼ਰੀਨ ਬਾਜੋ ਕਿ ਉਹ ਹਿੜੇ ਨਹੀਂ ਸੀ ਛੀਣ ਕੇ ਲੈ ਗਏ ਉੱਥੇ ਨਵੀਂ ਬਿਲਡਿੰਗ ਬਣੀ ਦੀ ਅਲਬਲ ਪਈਆਂ ਦੀ ਅਲਬਲ ਪਈ ਦੀ ਬਿਲਡਿੰਗ ਬਣਾ ਲਈ ਨਾ ਥੰਬਲੀ ਦੀ ਲੇਕਿਨ ਥਰ ਤਾਂ ਤੋਈ ਥਰ ਤਾਂ ਨਹੀਂ ਬਣਾਈ ਦੀ ਤੋਈ ਦਦਾਈ ਤੇ ਲਤ ਹਾਲ ਤੋ ਇਨੀ ਤੇ ਦਦਾ ਦੇ ਨਾਜ਼ਰੀਨ ਮੈਂ ਮਿਸਟਰ ਥਾ ਕਿ ਬਾਤ ਪੂਰਾ ਫਾਕਾ ਥਾ ਫੇਲ ਥਾ ਥਾ ਨਹੀਂ ਤੈ ਨਾ ਸੌਰੀ ਮੈਂ ਮਾਫੀ ਮੰਗਲਾ ਨਹੀਂ ਸਾਹਿਬ ਹੈਲੋ ਕੋਣ ਹੋ ਅਸਲਾਮ ਅਲੈਕਮ ਵਾਲੇਕਮ ਸਲਾਮ ਗੁਟੇ ਕੀ ਹਾਲ ਚਾਲ ਤਬੀਅਤ ਸਿਹਤ ਸਭ ਠੀਕ ਠਾਕ ਅੱਲਾ ਦਾ ਸ਼ੁਕਰ ਭਾਜੀ ਮੈਂ ਮੈਂ ਭਾਜੀ ਨੂੰ ਇਹ ਪੁੱਛਣਾ ਸੀ ਇਹ ਭਾਈ ਜਿਹੜੇ ਹਿਰਨ ਜਿਨ੍ਹਾਂ ਦੇ ਹਿਰਨਾਂ ਚ ਦਰਦਾ ਹਿਰਨੀਆਂ ਚ ਕਿ ਪਾਕਿਸਤਾਨ ਦੀ ਕਿਹੜੀ ਇਲਾਕਾ ਜਿੱਥੇ ਹਿਰਨ ਵੇਲੇ ਫਿਰ ਰਹੇ ਸੀ ਨਹੀਂ ਨਹੀਂ ਸ਼ਾਇਦ ਇਹ ਆਪਕੇ ਨਾਲਜ ਮੈਂ ਨਹੀਂ ਹੈ ਇਹ ਤਾਂ ਮੇਰੇ ਨਾਲਜ ਮੈਂ ਵੀ ਨਹੀਂ ਹੈ ਕੁਝ ਇਲਾਕੇ ਹਨ ਅੱਛਾ ਕੁਝ ਇਲਾਕੇ ਹੈ ਯਾਨੀ ਅੱਛਾ ਬਾਜ ਇਲਾਕੇ ਹਨ ਜਿਹੜਾ ਆਪਣੇ ਉਧਰ ਉਧਰ ਆਪਣੇ ਕੋਸ ਤੋਂ ਅੱਗੇ ਘੜ ਕੇ ਵਹਾਂ ਹਿਰਨ ਆਪਕੋ ਬਕਾਛੜਤ ਮਿਲenge ਭਾਜੀ ਤੁਸੀਂ ਨਾਮ ਨਹੀਂ ਦਿੱਥੇ ਆਪਨਾ ਨਾਮ ਨੂੰ ਛੱਡੋ ਜਨਾਬ। ਨਾਮ ਤੇ ਤੇ ਤੋਂ ਪਹਿਲੇ। ਜਨਾਬ ਰਜ਼ਵਾਨ ਗੱਲ ਕਰ ਰਿਹਾ ਗਖੜ ਮੰਡੀ ਤੋਂ। ਲਦਵਾਨ ਸਾਹਿਬ ਤੁਸੀਂ ਤੇ ਦੰਦਲ ਦੀ ਦਾਲ ਤਾਦੇ ਸਾਦੇ ਸਟੂਡੀਓ ਤੇ ਵੀ ਧਾਨਵਲਾ ਆਏ ਨੇ। ਓ ਪਾਜੀ ਤੁਸੀਂ ਦੇਤਾ ਮੇਰੀ ਗੱਲ ਸੁਣੋ ਤੇ ਸ਼ੁਕਰ ਜੀ ਗੱਲ ਪਾ ਲਈ ਮੈਂ ਪੁੱਛਣੇ ਐਸੇ ਭਾਈ ਨੇ ਪਾਕਿਸਤਾਨ ਦੇ ਕਿਹੜੇ ਲਾਗੇ ਜਿੱਥੇ ਹਿਰਣ ਫੇਰ ਰਹੇ ਸੀ ਇਹ ਦੋ ਜਣ ਇਹ ਦੋ ਹੀ ਰਣੀਆਂ ਜਿਹੜੀਆਂ ਲੈ ਕੇ ਫੀਮੇਲ ਤੇ ਘਰ ਆ ਗਏ। ਭਾਈ ਜੀ ਲੋਕ ਪਕੜਦੇ ਆਂ। ਪਕੜਦੇ ਸਕਦੇ ਹੈ ਪਰ ਪਕੜ ਕੇ ਘਰ ਨਹੀਂ ਲੈ ਆ ਸਕਦੇ। ਯਹੀ ਤੋ। ਯਹੀ ਤੋ ਹੱਦਿਵਾਨਾ ਪਾਣਾ। ਇਹਨਾਂ ਨੂੰ ਉਹ ਹਿਰਣੀ ਜਿਹੜੀਆਂ ਸੋਹਣੀ ਲੱਗ ਗਈ। ਸੋਹਣੀ ਲੱਗ ਗਈ ਉਹ ਮੈਨੂੰ ਸੋਹਣੀ ਲੱਗ ਗਈ ਅੱਛਾ ਆਪ ਬਾਜੀ ਕਾਨੂੰਨੀ ਲੈ ਕੇ ਆਏ ਫੜ ਕੇ ਕਿ ਗੈਰ ਕਾਨੂੰਨੀ ਲੈ ਕੇ ਆਏ ਬਾਤ ਤੋਂ ਨੇ ਇਨਕਾ ਇਲਮ ਨਹੀਂ ਥਾ ਇਹ ਕਾਨੂੰਨ ਯਾਰ ਇਲਮ ਦੀ ਨਹੀਂ ਮੈਂ ਗੱਲ ਕਰਦੇ ਆ ਮੈਂ ਇਹਨਾਂ ਨੂੰ ਪੁੱਛ ਰਿਹਾ ਕਿ ਉੱਥੇ ਕਾਨੂੰਨ ਹੈਗਾ ਕਿ ਨਹੀਂ ਪਾਕਿਸਤਾਨ 'ਚ ਹਾਂ ਆਪ ਮੇਰੀ ਬਾਤ درست ਆ ਜੰਗਲੀ ਜਹਾਜ਼ ਵਾਲੋ ਕਿ ਮੈਂ ਇਕਮ ਲਾਈਟ ਵਾਈਫ ਵਾਲੋ ਕਿ ਕੈ ਕਾਨੂੰਨ ਹਾਂ ਅੱਛਾ ਕਾਨੂੰਨ ਹੈਗਾ ਕਿ ਉੱਥੋਂ ਨਹੀਂ ਸੀ ਲਿਆ ਸਕਦੇ ਇਹਨਾਂ ਨੂੰ ਸੋਹਣੀ ਲੱਗੀ ਹਿਰਣ ਤੇ ਇਹਨਾਂ ਨੇ ਲੈ ਲੈਂਡ ਲੈਂਡ अच्छा जी फिर अब इनके हिरनों को पता चल गया कि जो इनके घर में दो जो है वो गवर्नमेंट अफसर मौजूद हैं वो कितना पता लगा किसी ने मुफ्त बरी काती होगी मुफ्त अच्छा अच्छा मुखबरी अब वो आ गए हैं इनके पास कि हम या तो हिरनों का लाइसेंस दिखाओ या हिरना बखाओ या दो लाख रुपया निजामे हस्ती पेश कर ना क्या ਉਹ ਜਾ ਯਾਰ ਤੈਨੂੰ ਸਮਝ ਲੱਗਣੇ ਦੇ ਕਿ ਮੈਂ ਵੀ ਤੇਰਾ ਭੁੱਖ ਜਾਂ ਨਾ ਮੇਰਾ ਖਾਣਸ ਲੋ ਮੈਂ ਤੇ ਕਹੇ ਕੁਛ ਨਹੀਂ ਮੈਂ ਤਾਂ ਸੁਣਨ ਦੇ ਆ ਗੱਲ ਹਾਂ ਤਾਂ ਬੱਚੋ ਮੈਂ ਇਹ ਕਹਿ ਰਹਾ ਥਾ ਕਿ ਜ਼ਿੰਦਗੀ ਇਹ ਕਹਤੇ ਹਾਂ ਕਿ ਇਹ ਪਾਕਿਸਤਾਨੀ ਪ੍ਰਾਪਰਟੀ ਹੈ ਯਹਾਂ ਕੀ ਜੰਗਲੀ ਹਯਾਤ ਮੈਂ ਖੇਰਨ ਅੱਛਾ ਜੀ ਮੈਂ ਪਕੜ ਕੇ ਲਾ ਸਕਦਾ ਹਾਂ ਅੱਛਾ ਪਾਕਿਸਤਾਨੀ ਪ੍ਰਾਪਰਟੀ ਤੇ ਲਿਆ ਸਕਦੇ ਨੇ ਹਾਂ ਇਤਾਂ ਤੇ ਕੋਈ ਗੱਲ ਨਹੀਂ ਪਾਕਿਸਤਾਨੀ ਪ੍ਰਾਪਰਟੀ ਕੋਈ ਵੀ ਪਾਕਿਸਤਾਨ ਦੀ ਪ੍ਰਾਪਰਟੀ ਚੀਜ਼ ਹੋਏਗੀ ਤਾਂ ਇਹ ਆਪਣੇ ਹੱਕ ਸਮਝ ਕੇ ਕਰ ਲੈਣਗੇ ਉਹਨਾਂ ਨੂੰ ਦੱਸ ਮੈਨੂੰ ਇਸ ਤਰ੍ਹਾਂ ਬਾਤ ਨਹੀਂ ਇਸ ਤਰ੍ਹਾਂ ਬੈਠਾ ਤੂੰ ਬਾਤਕੋਟ ਗਲਤ ਨਹੀਂ ਸਮਝ ਰਹਾ ਨਹੀਂ ਇਹ ਤਾਂ ਜੀਬ ਗੱਲ ਹੈ ਯਾ ਮੇਰੀ ਬਾਤ ਸੁਣ ਲੈ ਨਾ ਭయ్యా ਇਹ ਕਬੂਤਰ ਫਿਰਦੇ ਹਨ ਫਜ਼ਾਮ ਮੇ ਫਿਰਦੇ ਨਹੀਂ ਜੀ ਉੜਦੇ ਆ ਉੜਦੇ ਫਿਰਦੇ ਉੜਦੇ ਇੱਕੋ ਹੀ ਗੱਲ ਹੋਈ ਨਾ ਅੱਛਾ ਚਲੋ ਠੀਕ ਹੈ ਪਾਕਿਸਤਾਨ ਦੀ ਪ੍ਰਾਪਰਟੀ ਹੋਈ ਨਾ ਹਾਂਜੀ ਲੇਕਿਨ ਕੋਈ ਬੰਦਾ ਵੀ ਉਸਕੋ ਪਕੜ ਸਕਤਾ ਨਹੀਂ ਬਾਜੀ ਕਬੂਤਰ ਐਵੇਂ ਨਹੀਂ ਫਿਰਦੇ ਹੁੰਦੇ ਜਨਾਬ ਕਬੂਤਰ ਸਾਈਆਂ ਦੇ ਪਿਛੇ ਉਹਨਾਂ ਦੇ ਸਾਈਂ ਵੀ ਹੁੰਦੇ ਨੇ ਪਿਛੇ ਉਹਨਾਂ ਨੇ ਆਪੜਾਏ ਹੁੰਦੇ ਨੇ ਨਜ਼ਰ ਹੁੰਦੀ ਪੂਰੀ ਅਗਲੇ ਘਰ ਜਾ ਕੇ ਤੌਣ ਵੀ ਪਾਉਂਦੇ ਨੇ ਕਬੂਤਰ ਨੂੰ ਹੱਥ ਲਾਉ ਤੇ ਹਾਂ ਲੇਕਿਨ ਤੁਸੀਂ ਉਹਨੂੰ ਫੜ ਤੇ ਸਕਦੇ ਨਾ ਬਾਜੀ ਹਿਰਨ ਤੋਂ ਸਿੱਧੇ ਕਬੂਤਰ ਤੇ ਨਾ ਉਹ ਹਿਰਨ ਇੱਕ ਮਹਿੰਗੀ ਆਈਟਮ ਆ ਜਨਾਬ ਜੀ ਬਾਤ ਹਿਰਨ ਹੀ ਹੋ ਕੇ ਬਾ ਮੈਂ ਨਹੀਂ ਬਾਤ ਸੁਣ ਰ ਅਕਰ ਕੋਈ ਸ਼ਖਸ ਮੇਰੇ ਕੋ ਗਾਲ ਨਹੀਂ ਔੜੇ ਮੈਨੂੰ ਹਿਜਕਿਆਂ ਚ ਬਹੁਤ ਆਈ ਜਾਂਦੀ ਬਾਤ ਅਸਲ ਮੈਂ ਇਹ ਥੀ ਇੱਕ ਜੰਗਲ ਮੇ ਫਿਰਤਾ ਹੂਆ ਹਿਰਨ ਹਿਰਨੋ ਕੀ ਟੋਲੀ ਮੇ ਸੇ ਇਨਹੋਣ ਨਾ ਨਹੀਂ ਕਰ ਲਿਆ ਉਸੇ ਗੱਲੇ ਲਗਾਇਆ ਉਹ ਇਨ ਕੇ ਸਾਥ ਗਿਜ ਗਿਆ ਉਹਨੂੰ ਘੜ ਲਿਆ ਉਹ ਇਹ ਸਮਝਣੇ ਕ ਮੇੜੀ ਪਰਾਪਟੇ ਆ ਬਈ ਅੱਛਾ ਬੂਟਾ ਜੀ ਉਹ ਹਿਰਨ ਆ ਕਿ ਹਿਰਨੀ ਆ ਮਤਲਬ ਮੇਲ ਫੀਮੇਲ ਇਹ ਮੜਾ ਕਰੇ ਲੂ ਮਸਲਾ ਹਰ ਕਿਸੇ ਕੀ ਇੱਜ਼ਤ ਹੁੰਦੀ ਹੈ ਇਹ ਫਜ਼ੂਲ ਸਵਾਲ ਹੈ ਹਰਨ ਹੈ ਕ ਹਰਨੀ ਹੈ ਇਹ ਹਰਨੀ ਹੈ ਜਿਸਨੂੰ ਕੋਈ ਸ਼ੈ ਹਰਨੀ ਹੈ ਨਾ ਵਾਸ ਬੰਦੇ ਕੋ ਸਵੇਰ-ਸਵੇਰ ਹਰਨੀ ਮਾਰਨਿੰਗ ਉੱਠਣਾ ਚਾਹੀਦਾ ਚਲੋ ਫੇ ਹੁਣ ਜੈਸੀ ਹਰਨੀ ਵੈਸੀ ਭਰਨੀ ਲਓ ਕਰ ਲੋ ਗੱਲ ਮੈਂ ਬੂਟਾ ਜੀ ਪੁੱਛਣਾ ਚਾ ਰਹੇ ਆ ਕਿ ਮੈਂ ਕਿਸੇ ਮਕਸਦ ਦੇ ਤਹਿਤ ਪੁੱਛ ਰਿਹਾ ਕਿ ਉਹ ਹਰਨਾ ਕੇ ਹਰਨੀ ਆ ਹਿਰਨਾ ਕੇ ਹਿਰਨੀ ਆ ਮੇਲਾ ਕੇ ਫੀਮੇਲਾ ਔਰਤਾ ਕੇ ਮਰਦਾ ਯਾਰ ਹਰ ਬੰਦਾ ਧੀਆਂ ਹਿਰਨੀਆਂ ਵਾਲਾ ਹੁੰਦਾ ਹੈ ਬੂਟਾ ਜੀ ਮੈਂ ਆਪਣੀ ਇੱਜ਼ਤ ਤੇ ਕੋਈ ਆਂਚ ਨਹੀਂ ਜਿਹਾ ਆਉਂ ਦੇਣੀ ਇਹਨਾਂ ਨੂੰ ਯਾਰ ਸੰਭਾਲ ਪਾ ਤੁਹਾਨੂੰ ਵਾਈਫਾਈ ਦਾ ਪਤਾ ਨਹੀਂ ਮੈਨੂੰ ਵਾਈਵਾਦੀ ਦਾ ਪਤਾ ਚਲੋ ਵਾਈਵਾਦੀ ਦਾ ਪਤਾ ਇੱਥੇ ਤਲਾ ਮੈਂ ਦਸਰਾ ਤਾਲਿਆ ਤੇ ਇੱਥੇ ਤਿਤਨੋਲ ਦੀ ਹੋਲ ਆ ਲਿਆ ਵਾਈਲ ਲਾਈ ਦਿਲੀ ਵਾਈਫਾਈ ਨਾਲੋਂ ਥੋੜ੍ਹਾ ਨਾ ਜ਼ਿਆਦਾ ਤੇਜ਼ ਆ ਬੂਟਾ ਜੀ ਆ ਜਿਹੜੀ ਹਿਰ ਨਹੀਂ ਹੁੰਦੀ ਐ ਦੁੱਧ ਵੀ ਦਿੰਦੀ ਐ ਜੀ ਇਹਨਾਂ ਨੂੰ ਸਮਝਾਓ ਬੂਟਾ ਜੀ ਠਰ ਜੋ ਜੀ ਭਾਜੀ ਇੱਕ ਮਿੰਟ ਮੈਂ ਜਵਾਬ ਦਿੰਦਾ ਹਾਂ ਬਾਣਾ ਮੇਰੇ ਕੁਲੜਾ ਮਾ ਨਹੀਂ ਜੀ ਇਸ ਟਾਈਮ ਮੇਰੇ ਘਰ ਦੀ ਇੱਜ਼ਤ ਦਾ ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਸੁਣ ਸਕਦਾ ਅਸੀਂ ਵਿੱਚ ਬਾਜੀ ਦੈਰਤਾਂ ਦੇ ਨਾਂ ਤੇ ਤਤਲ ਹੋ ਦੰਦੇ ਹੱਤ ਜੋ ਉਹ ਪਾਜੀ ਇਹਨਾਂ ਦੀਆਂ ਚੀਜ਼ਾਂ ਕਿੱਥੋਂ ਆ ਗਈਆਂ ਕਿੱਥੋਂ ਮਰਦੀ ਜਾ ਕੇ ਕਿਸੇ ਦੀ ਹੀਰਣ ਫੜ ਕੇ ਗਵਰਨਮੈਂਟ ਦੀ ਲਿਆ ਕੇ ਤੇ ਆਪਣੀ ਘਰ ਦੀ ਇੱਜ਼ਤ ਬਣਾ ਲਈ ਐਵੇਂ ਹੀ ਉਹ ਪਾਕਿਸਤਾਨ ਹਮਾਰਾ ਹੈ ਭਾਈ ਪਾਕਿਸਤਾਨ 'ਚ ਤੇ ਗੱਟਰ ਵੀ ਨੇ ਉਹ ਵੀ ਕੱਢ ਕੇ ਸਾਰਾ ਸਮਾਨ ਘਰ ਲਿਆਇਆ ਕਰੋ ਤੁਸੀਂ ਕਿਸੇ ਜਗ੍ਹਾ ਤੋਂ ਤੋਤਾ ਫੜ ਕੇ ਨਹੀਂ ਲਿਆ ਸਕਦੇ ਨਹੀਂ ਜੀ ਕੋਈ ਚੰਦ ਜਾਨਵਰ ਨਹੀਂ ਐਸੇ ਜਿਹੜੇ ਮੇਰੇ ਕੋ ਨਹੀਂ ਫੜੇ ਜਾਂਦੇ ਆਪ ਜੀ ਆਹ ਇਹ ਮੋਤੀ ਦਰਵਾਜ਼ੇ ਤੇ ਬਾਗ ਦੇ ਵਿੱਚ ਬੇਸ਼ੁਮਾਰ ਮੈਂ ਤੋਤਾ ਫੜਿਆ ਇੱਕ ਭਾਈ ਨੇ ਮੇਰੇ ਚਪੇੜ ਮਾਰੀ ਕਹਿੰਦਾ ਛੱਡ ਮੇਰਾ ਤੋਤਾ ਉਹਦੇ ਸੀ ਅਗਲੇ ਦੇ ਉਹ ਭਾਈ ਜਦੋਂ ਨਾਲੇ ਬੋਟਾ ਜੀ ਹਰਣ ਦੇ ਵਿੱਚ ਤੇ ਤੋਤੇ 'ਚ ਪੈਸਿਆਂ ਦਾ ਦੇਖੋ ਕਿੰਨਾ ਫਰਕ ਆ ਤੁਸੀਂ ਹੁਣ ਐਵੇਂ ਉਹ ਭਾਈ ਜੀ 20 20 ਲੱਖ ਰੁਪਏ ਦਾ ਤੋਤਾ ਆਸਟ੍ਰੇਲੀਆ ਤੋਂ ਇੱਥੇ ਆ ਰਿਹਾ ਹੁੰਦਾ ਤੇ ਉਹ 20 ਲੱਖ ਵਾਲਾ ਤੋਤਾ ਉਹਨਾ ਬਾਗਾਂ 'ਚ ਨਹੀਂ ਫਿਰਦਾ ਹੁੰਦਾ ਜਿੱਥੇ ਤੁਸੀਂ ਮੈਨੂੰ ਕਿਹਾ ਫੜ ਕੇ ਲਿਆ ਚਲੋ ਬਸ ਭਾਜੀ ਮੈਂ ਆਪਣਾ ਮਸਲਾ ਵੀ ਹੱਲ ਕਰਾਉਣਾ ਕਿੱਥੇ ਹਿਰਣ ਹੈ ਕਿੱਥੇ ਐਡਾ ਸਸਤਾ ਜਿਹਾ ਤੋਤਾ ਓ ਯਾਰ ਜਾਨ ਤੋਤੇ ਸਸਤੇ ਨਹੀਂ ਹੁੰਦੇ ਤੋਤੇ ਬੜੇ ਮਹਿੰਗੇ ਜਾਨਵਰ ਬਹੁਤ ਮਹਿੰਗੇ ਤੂੰ ਕੋ ਗੱਲ ਕਰਨੀ ਉਹ ਭਾਜੀ ਤੁਸੀਂ ਵੀ ਕੋਈ ਖਲੀ ਹੱਲ ਮਾਰੋ ਹਿਰਣ ਐਡਾ ਮਹਿੰਗਾ ਉਹਦੇ ਤੇ ਪਾਦੀਆ ਜਿੱਥੋਂ ਤੁਹਾਡੇ ਜਿਲ੍ਹਾ ਆਪਣਾ ਸੀ ਆ ਪੀਪਲ ਪਾਤੀ ਤੇ ਜਿਹੜੇ ਚੇਜ਼ਮੈਨ ਨੇ ਬਲਾਵਲ تھا ਉਹ ਲੋਲ ਆਏ ਸੀ ਉਹਨਾਂ ਦੇ ਤੋਲ ਜਿਹੜਾ ਉਹ ਬਿੱਲੀਆਂ ਬਾਲੋ ਲੈ ਚ ਆਏ ਔਰ ਦੱਦੀ ਦੇ ਵਿੱਚ ਬਤਾਦਾ ਲੋਰ ਦੀ ਉਹਨਾਂ ਨੂੰ ਥੈਰ ਤਰ ਹੁੰਦੇ ਰਹੇ ਔਰ ਉਹ ਬਿੱਲੀਆਂ ਇੱਥੇ ਅੱਕ ਬਿਮਾਰ ਹੋ ਗਈ ਹਾਂਜੀ ਹਾਂਜੀ ਆ ਇੱਥੇ ਵੱਡੇ ਹਸਪਤਾਲ ਉਹਨਾਂ ਦਾ ਲਾਜ ਤਣਾਇਆ ਜਾਂ ਬੜੇ ਰੁਪਈਏ ਉਹਨਾਂ ਤੇ ਉੱਥੇ ਲੱਜ ਹੱਟਾਟ ਹੁਣ ਉਸ ਬਿੱਲੀ ਚ ਤਾਂ ਜਿਹੜੀਆਂ ਆਪਣੀਆਂ ਘਰਾਂ ਚ ਬਿੱਲੀਆਂ ਫੇਰਦੀਆਂ ਇਹਨਾਂ ਚ ਇਹਨਾਂ ਚ ਤੁਹਾਡੇ ਸਾਹਮਣੇ ਕੋਈ ਫਰਕ ਨਹੀਂ ਉਹ ਯਾਰ ਉਹ ਬਲਾਵਲ ਦੀ ਬਿੱਲੀ ਹੈ ਉਹ ਯਾਰ ਬਿੱਲੀਆਂ ਬਿੱਲੀਆਂ 'ਚ ਫਰਕ ਹੁੰਦਾ ਇੱਕ ਬਿੱਲੀ ਜਿਹੜੀ ਆਰਾਮ ਨਾਲ ਫੜੀ ਜਾਂਦੀ ਹੈ ਇੱਕ ਬਿੱਲੀ ਨੂੰ 4-4 ਸਾਲ ਲੱਗ ਗਏ ਲੱਗ ਜਾਂਦੇ ਹੱਥ ਨਹੀਂ ਆਉਂਦੀ ਉਹ ਬੰਦਾ ਜ਼ਲੀਲ ਹੋ ਜਾਂਦਾ ਖੱਪ-ਖੱਪ ਕੇ ਬਿੱਲੀਆਂ 'ਚ ਕੋਈ ਫਰਕ ਨਹੀਂ ਹੁੰਦਾ ਉਹ ਯਾਰ ਨਸਲ 'ਚ ਤੇ ਫਰਕ ਹੁੰਦਾ ਰਾ ਯਾਰ ਲਹੂ ਕੜਾਂਗੇ ਕਾ ਚਲੋ ਜੀ ਕਰ ਲਓਗਾ ਲਹੂ ਕੜ ਰੰਗ ਬਿਲਕੁਲ ਇੱਕ ਹੀ ਹੁੰਦਾ ਨਹੀਂ ਯਾਰ ਫਰਕ ਹੁੰਦਾ ਰੰਗ ਦੇ ਵਿੱਚ ਯਾਰ ਫਰਕ ਹੁੰਦਾ ਜਿ ਇਨਸਾਨਾਂ 'ਚ ਜਿਦਾ ਫਰਕ ਹੁੰਦਾ ਇੱਕ ਇਨਸਾਨ ਮਾਰਨ ਆਉਂਦੇ ਨੇ ਕਿਸੇ ਨੂੰ ਉਹ ਵੀ ਇਨਸਾਨ ਹੁੰਦੇ ਜਿਹੜੇ ਆ ਕੋ ਮਾਰਦੇ ਨੇ ਉਹ ਵੀ ਇਨਸਾਨ ਹੁੰਦੇ ਇੱਕ ਕੁੱਤਾ ਹੁੰਦਾ ਜਿਹੜਾ ਘਰ ਦੀ ਰਖਵਾਲੀ ਕਰਦਾ ਇੱਕ ਕੁੱਤਾ ਹੁੰਦਾ ਜਿਹੜਾ ਘਰ ਆ ਲੈਣ ਨੂੰ ਹੀ ਪੈ ਜਾਂਦਾ ਗਲੀ ਦੇ ਵਿੱਚ ਦੋਵੇਂ ਕੁੱਤੇ ਹੁੰਦੇ ਨੇ ਨਹੀਂ ਬਲਕਿ ਤਿੰਨੇ ਹੀ ਕੁੱਤੇ ਹੁੰਦੇ ਨੇ ਉਹ ਡੋਗੀ ਹੋਰ ਹੁੰਦੇ ਆ ਤੁਸੀਂ ਗਲਤ ਕਿਹਾ ਯਾਰ ਤੁਸੀਂ ਹਰਨ ਦੀ ਗੱਲ ਕਰੋ ਕੁੱਤੇ ਨੂੰ ਛੱਡ ਦਿਓ ਹੱਥ ਕੱਢੋ ਬਾਹਰ ਅੱਖੀ ਫੜਿਆ ਅੱਜ ਆ ਮੈਂ ਨਿੱਗਾ ਕੜਨਾ ਸੀ ਪੈਂਟ ਦੀ ਜੇਬ ਇੱਕ ਇੱਕ ਮਿੰਟ ਇੱਕ ਮਿੰਟ ਭਾਜਨ ਸਿਰਫ ਹਾਂਜੀ ਚੌੜੀ ਸਾਹਿਬ ਮੈਂ ਆਪਣਾ ਮਸਲਾ ਲੈ ਕੇ ਆਉਂ ਜੀ ਇਹਨਾਂ ਨੇ ਕਾਲ ਆਡੀ ਲੰਬੀ ਕਰ ਦਿੱਤੀ ਜੀ ਇਹ ਮੈਂ ਕਹਾਂਗਾ ਨਾ ਭਾਈ ਮੇਰੀ ਬਾਤ ਸੁਣਾਏ ਇਹ ਸਾਹਿਬ ਮੇਰੇ ਵਿਕਟਮ ਹੈ ਇਨਕਾ ਜਮੂਥਲਾ ਜਜ਼ਬਾਤੀ ਹੋ 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 ਖੁਦਾਰਾ ਮਾੜਾ ਵਕਤ ਜਾ ਮਤ ਉਹ ਮੇਰੀ ਇੱਜ਼ਤ ਤੇ ਗੱਲ ਕਰੀ ਜਾ ਰਿਹਾ ਬਾਰ-ਬਾਰ ਕਿਸੇ ਦੀ ਹੀਰਨ ਤੇ ਐਵੇਂ ਉਂਗਲ ਨਹੀਂ ਚੁੱਕ ਦੇਣੀ ਚਾਹੀਦੀ ਇਹਨਾਂ ਨੂੰ ਆਪਣਾ ਵੀ ਸੋਚਣਾ ਚਾਹੀਦਾ ਅੱਛਾ ਦਦਬਾਤਾ ਨਾ ਥੇਲੇ ਧਾਰ ਰਿਹਾ ਬਾਰਾ ਜੀ ਹੀਰਾਂ ਨੇ ਇੱਕ ਜਾਨਵਰ ਆ ਉਹਨੂੰ ਹੁਣ ਐਵੇਂ ਲਿਆ ਕੇ ਘਰ ਦੀ ਇੱਜ਼ਤ ਬਣਾ ਲਿਆ ਉਹ ਤੋਂ ਫੜ ਕੇ ਲਿਆ ਕੇ ਜੀ ਪਾਕਿਸਤਾਨ ਦੀ ਪ੍ਰਾਪਰਟੀ ਐ ਮੇਰੀ ਸਮਝ ਨੇ ਮਸਲਾ ਸਹੀ ਹੱਲ ਕਰ ਰਿਹਾ ਹਾਂ ਆਪਕਾ ਨਿਹਾਇਤ ਅਦਬ ਕੇ ਸਾਥ ਫਿਟ ਹੈ ਮੋ ਬਾਈ ਜਾਨ ਹਾਂਜੀ ਤੁਹਾਡੀ ਵੀ ਅਸੀਂ ਦਿਲੋਂ ਜਨਾਬ ਇੱਜ਼ਤ ਦੇ ਨਾਲ ਲਾਂਤ-ਤਾਨ ਕਰਦੇ ਹਾਂ ਟੈਨਸ਼ਨ ਨਾ ਲਵੋ जी तो नाजरीन बात बड़ी गंभीर हो गई है ये कहते हैं कि वो हिडन मेरे ख्वाबों में भी आती है लेकिन बात यह है कि वो हिडन इनकी मलकियत नहीं है और वैसे यहाँ पर मुझे नाजरीन एक और बात याद आ गई है कि मिलते हैं बड़े बात नाजरीन प्रोग्राम में दोबारा एक बार शुरू हो गया मैं ये मसला मसला بیان کر رہا تھا میں اپنی ہچکیوں کے بارے میں نازنین یہ اتنی مہنت سے اور انہوں نے وہ ہڈن پکڑ کے گھر کو لے کے آئے تھے یہ گاؤں میں میں تھے میں تھے میں سے میرا لمبا نہیں جتا جاتا میں جا کے ملوں نا بیٹا نہ کیا گڑ میں نے تمہیں کتنی بار سمجھایا جا میں نو سوال دے جواب دے میں تیر کو ایک سوال کرنے کی کوشش کر رہا کیا ان کا مطالبہ جائز ہے ਦੀ ਮਤਲਬਾ ਬਿਲਕੁਲ ਦੇ ਆਸਟ੍ਰੇਲੀਆ ਤੇ ਤੇ ਥੈਨ ਦਾ ਨਾ ਉਹਨੇ ਤੇ ਫਾਰਮੂਲਾ ਦਾ ਦਿੱਤਾ ਉਹ ਇਹ ਹੈ ਤੇ ਉਹ ਫਾਰਮੂਲੇ ਨੇ ਤੁਹਾਡੀ ਉਮਰ ਤੇ ਤੁਹਾਡੀ ਦੁਤੀ ਦਾ ਥੈਦ ਦੇ ਰਹੇ ਮਲੂਮ ਦਿੱਤਾ ਦਾਦਾ ਮੈਂ ਹਿਰਨਾ ਦੀ ਗੱਲ ਕਰਨਿਆਂ ਤੂੰ ਵਿੱਚ ਜੁੱਤੀ ਪਾਲਜ ਫਾਰਮੂਲਾ ਤੋਂ ਨਾਲਿਆ ਥੱਥੇ ਤੋਂ ਕਦੀ ਥੱਪੜੋ ਮੈਂ ਸੀਂ ਦਾ ਟੀਕਾ ਲਵਾਇਆ ਮੈਂ ਵੀ ਤੇ ਆਇਆ ਨਾ ਮੈਂ ਤੇ ਤਲੋ ਮੰਬ ਲੈਣ ਤੇ ਨਹੀਂ ਆਇਆ ਮੈਂ ਦਿੱਤ ਨਹੀਂ ਆਇਆ ਤੂੰ ਉਯਾਰ ਖੁਦਾ ਦਾ ਵਾਸਤਾ ਮੇਰੇ ਨਸੀਬਾਂ ਚ ਸਾਰੇ ਤੇਰੇ ਨਰ ਗਏ ਯਾਰ ਪਹਿਲੇ ਆਸ਼ਕ ਹੁੰਦਾ ਸੀ ਫਿਰ ਕੋ ਬਾਟ ਆਇਆ ਹੁਣ ਤੂੰ ਆ ਗਿਆ ਉਦਾਂ ਹੀ ਕਹਜੋ ਕਬੂਟੇ ਪ੍ਰੋਗਰਾਮ ਜੋ ਐ ਛੋੜ ਦੋ ਛੋੜ ਦੋ ਆ ਚਲ ਲੋ 딤ੇ ਤੋਂ ਅਸਲ ਦਲਫੇ ਹੁੰਦਾ ਥੋ ਲੋ ਜੇ ਨਹੀਂ ਤਾਂ ਤੇ ਤੁਲ ਲਿਆ ਜਾਂਦੇ ਆ ਇਹ ਤੁਹਾਡੇ ਜਿਹੜਾ ਬੰਦੇ ਨੇ ਤੋਤਾ ਦਾਮੀ ਦਲ ਦਿੱਤਾ ਕੀ ਗਲਤ ਕੰਮ ਉਹਨੇ ਕੀਤਾ ਕਿਉਂ ਫਰੇਆ ਉਹਨੇ ਤਿੱਥੇ ਦੀ ਲਨੂ ਨਦਾਬਦਾਨ ਵੱਲ ਐ ਆਪ ਤੋ ਪਤਾ ਸਲਮਾਨਾ ਤਾਂ ਤੋ ਥੱਤ-ਥਾਲ ਦੀ ਥਦਾ ਹੋਈਦੀ ਉਹਨੇ ਨਦਾਇਦ ਹਿਲਨੂ ਜਿਹੜਾ ਉਹਨੇ ਮਾਲਿਆ ਸੀ ਸਲਮਾਨ ਖਾਨ ਨੂੰ ਕੁਛ ਨਹੀਂ ਕਹਿਣਾ ਮੇਰਾ ਉਹ ਬਹੁਤ ਵੱਡਾ ਫੈਨ ਆ ਤੂੰ ਸੇ ਇਹਨਾਂ ਦੇ ਦਿਆਲ ਤੂੰ ਨਹੀਂ ਤਮ ਤਿਹਾ ਸੋਤ ਤਰ ਹੁੰਦਾ ਤੇ ਬਕਵਾਸ ਵੀ ਸੁਣ ਲੈ ਭਾਜਨ ਮੇਰੀ ਸੁਣੋ ਗੱਲ ਮੈਂ ਤੁਹਾਨੂੰ ਦੱਸਾਂ ਕਿ ਦੋ ਹਿਰਣ ਜਿਹੜੇ ਮੈਂ ਲੈਂਦੇ ਹਾਂ ਉਹਨਾਂ 'ਚ ਇੱਕ ਹਿਰਣ ਮੇਰੀ ਜ਼ਿੰਦਗੀ ਹੈ ਦੂਜੀ ਜਿਹੜੀ ਹਿਰਣਾ ਉਹ ਮੇਰੀ ਸਾਲੀ ਲੱਗਦੀ ਹੈ ਉਸ ਹਿਸਾਬ ਦੇ ਨਾਲ ਤੇ ਪਹਿਲੀ ਜਿਹੜੀ ਮੇਰੀ ਬੀਵੀ ਦੂਜੀ ਮੇਰੀ ਸਾਲੀ ਲੱਗਦੀ ਹੈ ਜਿਹੜਾ ਸਾਹਮਣੇ ਬੈਠਾ ਇਹ ਮੇਰਾ ਕਿਤੇ ਭਰਾ ਲੱਗਦਾ ਜਿਹੜਾ ਭਰਾ ਲੱਗਦਾ ਯਾਰ ਐਸੀ ਗੱਲ ਨਾ ਕਰ ਵਾਈਲਡ ਲਾਈਫ ਫੈਬ੍ਰਿਕ ਕੋਈ ਕੁਛ ਕਾਨੂੰਨੋ ਜਬਾਬਾਤਾਂ ਕੁਝ ਕਵਾਨੇ ਨਾ हिरण ਜਾਨਵਰ ਹੁੰਦੇ ਕੋਈ ਚੀ ਦੀ ਬੁੱਢੀ ਨਹੀਂ ਹੁੰਦੀ ਮੰਨਿਆ ਬਹੁਤ ਖੂਬਸੂਰਤ ਹੁੰਦੀ ਆ ਕੁਝ ਚੀਜ਼ੋਂ ਕੇ ਸ਼ਿਕਾਰ ਪਰ ਪਬੰਦੀ ਆ ਦੇਖੋ ਜੀ ਪਬੰਦੀ ਮਹਿਮਾਂਦਪ ਪਬੰਦੀ ਆ ਲੇਕਿਨ ਮੈਨੂੰ ਇਹ ਦੱਸੋ ਕਿ ਅਗਰ ਪਬੰਦੀ ਆ ਤਾਂ ਖੁੱਲੇ ਕੋ ਫਿਰ ਅੰਦੇਜ਼ੀ ਉਹਨਾਂ ਦਾ ਵਾਲੀਵਾਰ ਉਸ ਉਤੇ ਕੋਈ ਨਹੀਂ ਸੀ ਕਿਉਂ ਹੈ ਹੈਲੋ ਅਸਲਾਮੁਅਲੈਕਮ ਵਾਲਕਮ ਸਲਾਮ ਇਕਤਿਹਾਰ ਬੋਲਦਾ ਬੋਟਾ ਜੀ ਮੈਂ ਜੀ ਇਕਤਿਹਾਰ ਸਾਹਿਬ ਹੁਕਮ ਕੀ ਆ ਚੱਲ ਜੇ ਅੱਲਾਹ ਦਾ ਸ਼ੁਕਰ ਬੁੱਟਾ ਜੀ ਮੈਂ ਪੁੱਛਣਾ ਸੀਗਾ ਕਿ ਭਾਈ ਹੁਣ ਨਹੀਂ ਬੈਠੇ ਉਹਦੀ ਬਕਵਾਸ ਕਰਦੇ ਨੇ ਨਾ ਕੋਈ ਉਹਨਾਂ ਦੀ ਗੱਲ ਸਮਝ ਆਉਂਦੀ ਨਾ ਸਾਡੀ ਨਾ ਦੀ ਪੱਲੇ ਪੈਂਦੀ ਐਵੇਂ ਕਹੀ ਜਾਂਦੇ ਜਿਉ ਹਿਰਨ ਮੇਰੀ ਸੀ ਮੈਂ ਚੁੱਕ ਕੇ ਲੈ ਆਂਦੀ ਬੰਦਾ ਪੁੱਛਣ ਮੈਂ ਬਾਜ਼ਾਰ ਤੁਰੇ ਜਾਂਦਾ ਨਾਰਕਲੀ ਤੁਰੇ ਜਾਂਦਾ ਮੈਨੂੰ 36000 ਜੀ ਦਾ ਨਿਕਲੇ ਆਂਦਾ ਮੈਂ ਚੁੱਕ ਕੇ ਉਹਨਾਂ ਨੂੰ ਘਰ ਲੈ ਕੇ ਉਹਨਾਂ ਨੂੰ ਜੀ ਤਨੂੰ ਦੱਸ ਕੇ ਗੱਲ ਕਰਨ ਵਾਲੀ ਕੋਈ ਹੈਗੀ ਐ ਦਿਮਾਗ ਖਰਾਬ ਹੋਦਾ ਕਿੰਨਾ ਘੰਟਾ ਹੋ ਗਿਆ ਮੇਰਾ ਦਿਮਾਗ ਖਰਾਬ ਕਰਾਂਗਾ ਕਿ ਤਾ ਤੁਸੀਂ ਹਿਰਨਾ ਤੋਂ ਲੈਦੀ ਮੈਨੂੰ ਉਹਨਾਂ ਨਾਲ ਮੁਹੱਬਤ ਹੋ ਗਈ ਮੇਰੇ ਖਾਪਾ ਦੇ ਵਿੱਚ ਆਉਂਦੀ ਗੱਲ ਕਰਨ ਵਾਲੀ ਹੈਗੀ ਕੁਝ ਸਮਝਣ ਵਾਲੀ ਤੂੰ ਤਾ ਪਾਈ ਪੇਕੂ ਜੇ ਪਤਾ ਤੂੰ ਸਾਹਮਣੇ ਭਾਇ ਜੀ ਦੀ ਸਭ ਨਹੀਂ ਲੱਗਦੀ ਸਾਨੂੰ ਨਵੀਂ ਕਹਾਣੀ ਸੁਣਾ ਯਾਰ ਤੇ ਤੁਸੀਂ ਆ ਕੇ ਸਾਰੇ ਜਾਣੇ ਯਾਰ ਨਾ ਤੁਹਾਨੂੰ ਕੋ ਗੱਲ ਕਰਦਾ ਬਸ ਉਹ ਤੱਕ ਦੱਸਿਆ ਭਾਇ ਤੂੰ ਜੀ ਦੀ ਸਭ ਨਹੀਂ ਲੱਗਦੀ ਤੂੰ ਸਾਹਮਣੇ ਉਹ ਭਾਇ ਜੀ ਨੂੰ ਪਾਈ ਪੇਕੂ ਜੀ ਸਭ ਨਹੀਂ ਲੱਗਦਾ ਜੇ ਕੰਮ ਕਰਨੇ ਕੋ ਕੰਮ ਦੀ ਗੱਲ ਕਰਉਣੀ ਨਹੀਂ ਕਰਨੀ ਤਾਂ ਕਰਨਾ ਸਲਾਮ ਅਲੈਕਮ ਵਾਅਲੈਕਮ ਸਲਾਮ ਅਲਾਇਕ ਰਕ ਤਤ ਇਸੇ ਸਪੀਡ ਜੀ ਤੈਨੂੰ ਉੱਤੇ ਚੋਕ ਲੈ ਬਾਤ ਜੀ ਆ ਜਨਾਬ ਚੌੜੇ ਸਾਹਿਬ ਕੇ ਫਰਦਨ ਫਰਦਨ ਜ਼ਖਮੇ ਗੋ ਰੇੜਨ ਨੂੰ ਫਾੜ ਕੇ ਉਹਨਾਂ ਨੂੰ ਘੜ ਲਿਆ ਕੇ ਆਪਣੀ ਐਵੇਂ ਇੱਜ਼ਤ ਸਮਝੀ ਜਾਣਾ ਇਹ ਐਸੇ ਮੁਮਕਿਨ ਨਹੀਂ ਹਾ ਇਹ ਜੰਗਲ ਵਿੱਚ ਰਹਿੰਦੇ ਹੈ ਜੰਗਲ ਵਿੱਚ ਫਿਰਦੇ ਤੁਰਦੇ ਤੇ ਜੰਗਲ ਵਿੱਚ ਇਨਕਾ ਅਸਲ ਖਾਨਦਾਨ ਹੋ ਤਾਂ ਜੰਗਲ ਵਿੱਚ ਇਨਕੇ ਮਾਂ ਬਾਪ ਭੈਣ ਭਰਾ ਸਾਰੇ ਉੱਤੇ ਆ ਇੱਕ ਮਿਸਾਲ ਜਿੱਦਾਂ ਤੂੰ ਜੰਗਲ ਦੇ ਇੱਕ ਜਾਨਵਰ ਨੂੰ ਲਿਆ ਕੇ ਘਰ ਰੱਖ ਕੇ ਉਹਨੂੰ ਸਮਝਾ ਕਿ ਮੈਂ ਨਾ ਪਿਆਰ ਪੈ ਇਦਾਂ ਹੀ ਕੋਈ ਜੰਗਲ ਦਾ ਸੰੜਾ ਵਗਾੜਾ ਤੈਨੂੰ ਲੈ ਜਾਂਦਾ ਜੰਗਲ 'ਚ ਉੱਥੇ ਤੇਰੇ ਨਾਲ ਉਹਦਾ ਪੈ ਜਾਂਦਾ ਕਿਤੇ ਪਿਆਰ ਬੁਟੇ ਜਾਨਵਰ ਕੋ ਝੋਟਾ ਕਰ ਲਓ ਤੁਸੀਂ ਕਿਉਂਕਿ ਪਿਆਰ ਤੇ ਮੈਂ ਜਾਨਵਰਾਂ ਨਾਲ ਬਹੁਤ ਕਰਦਾ ਲੇਕਿਨ ਏਡੇ ਵੱਡੇ ਜਾਨਵਰਾਂ ਨਾਲ ਕਦੀ ਕੀਤਾ। ਹੋਰ ਕੋਈ ਹੋਵੇ ਤੇ ਠੀਕ ਆ ਇਦਾਂ ਦੇ ਡੰਗਰ ਜੇ ਜਾਨਵਰ ਦੇ ਨਾਲ ਤੇ ਨਾ ਗੱਲ ਗੜਨੀ। ਕੋ ਮੇਰੇ ਹਾਂ ਦਾ ਜਾਨਵਰ ਹੋਵੇ ਨਾ ਕੋ ਥੋੜਾ ਬਹੁਤ ਫਰਕ ਹੋਵੇ ਠੀਕ ਹੈ। ਅੱਛਾ ਤੁਹਾਡੇ ਹਾਂ ਦਾ? ਤੂੰ ਨਹੀਂ ਨਹੀਂ ਤੁਸੀਂ ਤੇ ਬਰੇ ਥਾਨ ਨਾ ਹੋ। ਮੈਂ ਤਾਂ ਦਾਲਤਾ ਨਹੀਂ ਤਾਲੇ ਇੱਥੇ ਛੋਤੀ ਦੇ ਲਈ। ਇੱਥੇ ਤੇ ਤੀ ਥੰਮਨੇ ਆਈ ਤੇ ਬੰਦਾ ਦਿਲ ਦਮ ਦਿੱਤਾ ਹੋਵੇ ਤੇ ਥੋਥਣ ਲਈ। ਥੁਤੀਆ ਥਲਤਣ ਲਈ। ਥੈਦ ਫਿਲਮਾਂ ਦੇਤਨੀ ਹੈ ਤੈਦੀਨ। ਨਹੀਂ ਜੱਤਾ ਸਾਹਿਬ ਮਾਦਰ ਦੇ ਨਾਲ ਇਹ ਤਾਂ ਤੁਸੀਂ ਬਹੁਤ ਬੁਰੀ ਜੀ ਗੱਲ ਕੀਤੀ। ਸੈਡ ਯਾਨਕ ਦੁਖੀ ਗਮਜ਼ਦਾ ਜੜੀਆਂ ਹੁੰਦੀਆਂ ਹੁਣ ਮੈਨੂੰ ਤੇਰੀ ਬਾਗਨਾਫ ਹੈ ਵਧਾ ਮੈਨੂੰ ਤੇਰੀ ਤਾਹਕੀਕ ਦੀ ਕੋਈ ਲੋੜ ਨਹੀਂ ਦਲ ਮੈਂ ਇਨਫਰਮੇਸ਼ਨ ਤੇ ਤਦਾਫਾ ਕਰ ਲਿਆ ਤਾਂ ਓਏ ਕਿੱਦਾਂ ਦੀ ਤੇਰੀ ਇਨਫਰਮੇਸ਼ਨ ਹੈ ਭਾਈ ਜੀ ਮੜੇ ਕਾਸਾ ਤੂੰ ਜਿਵੇਂ ইমরান ਹਾਸ਼ਮੀ ਦੀ ਬਿਲਕੁਲ ਸਾਫ ਫਿਲਮ ਹੁੰਦੀ ਹੈ ਲੈ ਉਹ ਤਾਂ ਹੁੰਦੀ ਨਹੀਂ ਮੈਂ ਉਹੀ ਤਾਂ ਬਕਵਾਸ ਕਰ ਰਿਹਾ ਪੇਤਾ ਮਸਲਾ ਤਾਂ ਹੱਲ ਕਰੀਏ ਉਹ ਤੇ ਉਹਦਾ ਤਾਂ ਮਤਲ ਨਹੀਂ ਤੇ ਬੇਫਤੂ ਤੇ ਸਾਨੂੰ ਵੀ ਨਾਲ ਉਹਨੇ ਛੜਾ ਤੇਮ ਤੂਦੂ ਬਾਤ ਹੈ ਕਿ इस तरह जंगली हयात को कोई भी वाह उसको पकड़ के अगर घार ले आएगा तो उस बंदे को उसके ऊपर उसका वो होता उसको भी फिर उसको हुआ ऐसे उसको नहीं पकड़ना चाहिए बोटा हिरन फा साप फाड़ लिया सगो तू फाड़ ला तुम्हें खाना ਉਦੇ ਵਿੱਚ ਜ਼ਹਿਰ ਵੀ ਕਿੰਨਾ ਹੀ ਹੁੰਦਾ ਹੋਣਾ ਜ਼ਹਿਰ ਦੀ ਗੱਲ ਆ ਫਿਰ ਉਹ ਤੇ ਹੋਣਾ ਹੀ ਹੈ ਮੈਂ ਉਹਨੂੰ ਕਦੇ ਵੀ ਮੈ ਮੈਨੂੰ ਹਿਰਨ ਸੋਹਣੀ ਲੱਗੀ ਮੈਂ ਹਿਰਨ ਪੜ ਲਈ ਸੱਪ ਤੁਸੀਂ ਪੜੋ ਮੈਂਗਾ ਤੋਂ ਪੜ ਮੈਂ ਤੇ ਮੈਨੂੰ ਜਿਹੜੀ ਚੀ ਚੰਗੀ ਲੱਗੀ ਮੈਂ ਪੜ ਲਈ ਉਹ ਤੁਹਾਡੇ ਸਾਹਮਣੇ ਇੱਕ ਚੀ ਚੰਗੀ ਲੰਬਾਈ ਹੋਵੇ ਤੁਹਾਨੂੰ ਪਸੰਦ ਤੁਸੀਂ ਪੜੋਗੇ ਨਹੀਂ ਉਹ ਬੇਟਾ ਸੱਪ ਵੀ ਜਿਹੜਾ ਪਹਿਲੇ ਨਹੀਂ ਚੰਗਾ ਲੱਗਦਾ ਦੋ ਚਾਰ ਵਾਰ ਜਦੋਂ ਤੂੰ ਫੜਨਾ ਨਾ ਤੈਨੂੰ ਚੰਗਾ ਲੱਗਣ ਲੱਗ ਪੈਣਾ ਪਏ ਕਦੀ ਬੜੀ ਮਿਹਰਬਾਨੀ ਮੈਨੂੰ ਜਿਹੜੀ ਚੰਗੀ ਲੱਗੀ ਮੈਂ ਉਹ ਪੜ ਲਿਆ ਅੱਛਾ ਮੰਨ ਨਹੀਂ ਨਾ ਭਾਈ ਹਰ ਸੰਗ ਡਾਪਣ ਹਰ ਸੱਪ ਡਾਂਗ ਨਹੀਂ ਮਾਰਦਾ ਹ ਅੱਛਾ ਇੱਕ ਹਿਰਨ ਤੈਨੂੰ ਚੰਗਾ ਲੱਗ ਗਿਆ ਤੇ ਦੂਸਰਾ ਹਿਰਨ ਦੂਸਰਾ ਹਿਰਨ ਮੈਂ ਦੱਸਿਆ ਤੈਨੂੰ ਉਹਦੀ ਭੈਣ ਸੀਗੀ ਉਹ ਓਏ ਉਹਦੀ ਭੈਣ ਨਹੀਂ ਸੀ ਉਹ ਬੇਟਾ ਕੀ ਹੋ ਗਿਆ ਤੈਨੂੰ ਜਾਨਵਰਾਂ 'ਚ ਕੋਈ ਨਹੀਂ ਹੁੰਦਾ ਹੈ ਨਹੀਂ ਜੀ ਮੁਹੱਬਤ ਹੈ ਬਸ ਉਹ ਦੋਵੇਂ ਭੈਣਾਂ ਨੇ ਉਹਨਾਂ ਦਾ ਆਪਸ 'ਚ ਬੜਾ ਪਿਆਰ ਹੈ ਜੀ ਸਗੀਆਂ ਭੈਣਾਂ ਨੇ ਰਿਸ਼ਤੇਦਾਰੀ ਤੇ ਤੀਸਰਾ ਤੂੰ ਹਾਂਜੀ ਲਾ ਬਾਜੀ ਇਹ ਤੇ ਫਿਰ ਅੱਲਾ ਦੇ ਬਣਾਏ ਨੇ ਬੇਟਾ ਘਰ ਜਾ ਤੇ جا کے ویکھو ਹਿਰਨ ਆਇਨ ਹੈ ਨਾ ਕੋਈ ਹੋਰ ਨਹੀਂ ਨਹੀਂ ਹਿਰਨ ਨੇ ਜਨਾਬ ਉਹ ਐਸੀ ਹਿਰਨ ਤੁਸੀਂ ਉਹਦੀ ਤੋਰ ਤੋਰ ਦੇ ਵੇਖੋ ਤੁਸੀਂ ਆਸ਼ਕ ਹੋ ਜਿਓ ਉਹਦੇ ਐਡੀ ਕਮਾਲੋ ਲੱਗਦੀ ਤੋ ਮੈਂ ਉਹਨੂੰ ਰੱਖਿਆ ਅੱਛਾ ਤੂੰ ਉਹ ਹਿਰਨ ਨੂੰ ਦੋ ਕ ਦਿਨ ਲਈ ਮੇਰੇ ਘਰ ਕਿਤੇ ਛੱਡ ਕੇ ਜਾ ਤੇ ਮੈਂ ਸੁਣਿਆ ਉਹਦਾ ਗੋਸ਼ਟ ਜਿਹੜਾ ਬਹੁਤ ਤੇ ਲਜੀਜ਼ ਹੁੰਦਾ ਐਡੀ ਮੈਨੂੰ ਦਾਦਾਤਾ ਦੀ ਫਿਲ ਹੈਲੋ ਜੀ ਹੈਲੋ ਤੂੰ ਹੈ ਮੇਰੀ ਹਿਰਨ ਤੂੰ ਹੈ ਮੇਰੀ ਹਿਰਨ

ਅੱਜ ਮੈਨੂੰ ਬਹੁਤ ਦੁੱਖ ਹੋਇਆ ਜਾਂ ਤੇ ਸਾਡਾ ਬੂਟਾ ਬੁੱਢਾ ਹੋ ਗਿਆ ਜਾਂ ਸਾਡਾ ਚਾਚਾ ਬੁੱਢਾ ਚਾਚਾ ਬੂਟਾ ਜਿਹੜਾ ਉਹ ਪਾਗਲ ਹੋ ਗਿਆ ਜਾਂ ਉਹਦਾ ਦਿਮਾਗ ਖਰਾਬ ਹੋ ਗਿਆ ਜਾਂ ਉਹਦੇ ਗੁਰਦੇ ਫੇਲ ਹੋ ਗਏ ਜਾਂ ਉਹਦਾ ਜਿਗਰ ਖਰਾਬ ਹੋ ਗਿਆ ਜਾਂ ਉਹਦਾ ਪਿੱਤਾ ਸੜ ਗਿਆ ਜਾਂ ਉਹਦੀਆਂ ਹਰਨੀਆਂ ਦਾ ਆਪਰੇਸ਼ਨ ਹੋਣ ਵਾਲਾ ਹੋ ਗਿਆ ਜਾਂ ਉਹਦਾ ਆਪਣਾ ਕੀ ਉਹਨੂੰ ਕਹਿੰਦੇ ਨੇ ਉਹਨੂੰ ਸ਼ੂਗਰ ਸ਼ੂਗਰ ਹੋ ਗਈ ਹੈ ਬਹਰਾਲ ਅੱਜ ਤੁਹਾਨੂੰ ਕੁਝ ਹੋਇਆ ਮੈਨੂੰ ਲੱਗ ਗਿਆ ਪਤਾ ਕਿ ਤੁਸੀਂ ਓਏ ਠਹਿ ਜਾ ਪਾਣ ਮਾਰ ਕੇ ਅੰਦਰ ਚ ਮੇੜ ਮੋ ਤੇ ਤਾਂ ਕਰ ਦੇਗਾ ਤੇਰੇ ਐਡਾ ਤੋ ਹਿਰਨਾ ਲੋ ਉਹ ਯਾਰ ਤੂੰ ਕਿਹੜੀ ਟੂਬ ਚ ਵਾਹ ਪਰਦਾ ਰਹਿਣਾ ਬੈਠਾ ਯਾਰ ਬੋਡਾ ਜੀ ਦਿਲੋਂ ਲੱਥ ਨਾਲੇ ਹੋ ਗਿਆ ਈ ਤੁਸੀਂ ਮਿਸਟਰ ਹਾ 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 ਹਿਰਨ ਜਰਾ ਬਾਤ ਸੁਣ ਲੈ ਉਹ ਯਾਰ ਬੇਵਕੂਫਾ ਨੂੰ ਪਕਾ ਦੋਵਾ ਹਿਰਨਾ ਨੂੰ ਐਡਾ ਆਲਾ ਗੋਸ਼ਤ ਬਣਾ ਮੈਨੂੰ ਵੀ ਦੱਸ ਕਿੱਥੇ ਰਹਿਣਾ ਤੋ ਬਾਤ ਸੁਨਾ ਸੁਣਾ ਲੋ ਜੀ ਤੁਸੀਂ ਜਿਹੜਾ ਸੁਣਾਉਣੀ ਮੈਂ ਬਾਸ ਕਰਾਉ ਜੀ ਨੇ ਫੇਰ ਮੇਰੀ ਇੱਜ਼ਤ ਤੇ ਗੱਲ ਕੀਤੀ ਜੇ ਮੈਂ ਇਹਨੂੰ ਕੋ ਸ਼ੁਰੂ ਤੋਂ ਐਂਡ ਤੱਕ ਕੰਡੈਮਨਡ ਕੀਤਾ ਹੈ ਕੀ ਜੀਤਾ ਕਿ ਬਈ ਇਹ ਇੱਕ ਮੇਰੇ ਕੋਲਰ ਹੁੰਦੇ ਹੈ ਤੁਸੀਂ ਗੱਲ ਕਰਦੇ ਰਹਿਣਾ ਤੁਸੀਂ ਹੁਣ ਚੁੱਪ ਬਿਲਕੁਲ ਨਹੀਂ ਕਰਨਾ ਤੇ ਮੈਂ ਲੈਣਾ ਇੱਕ ਛੋਟਾ ਜਿਹਾ ਬ੍ਰੇਕ ਵੈਲਕਮ ਟੂ ਦੀ ਗੱਡੀ ਸ਼ੋ ਨਾਜ਼ਰਿਨ ਪ੍ਰੋਗਰਾਮ ਮੈਂ ਵਾਪਸ ਆਤੇ ਹੈ ਹੈਲੋ ਹੈਲੋ ਕੌਣ ਸਾਭ ਜੀ ਹਮਾਰੇ ਸਾਥ ਹੈ ਜਿਹੜਾ ਵੀ ਆਇਆ ਕੀ ਹੋ ਰਿਹਾ ਬੂਟਾ ਜੀ ਅੱਜ ਉਹ ਇਹ ਕੋਈ ਨਹੀਂ ਮੈਂ ਤੁਹਾਨੂੰ ਸਮਝਾਤਾ ਹਾਂ ਮੈਂ ਅੱਜ ਕੱਲ ਜੈਸੇ ਕਬੂਤਰ ਦਾ ਸ਼ਿਕਾਰ ਮੰਮਨੂਨ ਹਾ ਅੱਛਾ ਉਹ ਦੀ ਫੀਸ ਨਹੀਂ ਮੈਂ ਮੰਮਨੂਆ ਪਰ ਉਹ ਇੱਕ ਤਰ੍ਹਾਂ ਲੋਕ ਇਹ ਵੀ ਕਰਦੇ ਜਿਹੜਾ ਜ਼ੁਲਮਾਂ ਜਾਂਤੀ ਤੇ ਕੀ ਕਰਦੇ ਸਕਦੇ ਆ ਉਹ ਯਾਰ ਉਹ ਤੇ ਚਲੋ ਗੈਰਕਾਨੂੰਨੀ ਆ ਨਾ ਅਗਰ ਫੜ ਕੇ ਕਰਦੇ ਨੇ ਤੇ ਕਰੋਨ ਦੇ ਖਿਲਾਫ ਕੰਮ ਕਰਦੇ ਨੇ ਇਹ ਮੰਨਣ ਹੀ ਨਹੀਂ ਦੇ ਤੇ ਉੱਤੇ ਇਹ ਪੈਰਾ ਤੇਰੇ ਜੀ ਕਿ ਮੈਂ ਕਾਨੂੰਨੀ ਕੰਮ ਕੀਤਾ ਤੇ ਮੈਂ ਸਹੀ ਕੰਮ ਕੀਤਾ ਉਤੋਂ ਹੀ ਰੜੇ ਨਾਲ ਖਾਬ ਚਾਉਂਦਾ ਹੀਰੇ ਨਾਲ ਫੜ ਕੇ ਲੈ ਆਂਦਾ ਮਮਤਾ ਕਲ ਕਰਨੀ ਫੜ ਕੇ ਲੈ ਆਂਦੀ ਅੱਛਾ ਹੁਣ ਮਮਤਾ ਕਲ ਕਰਨੀ ਇਹਨਾਂ ਫੜ ਕੇ ਲੈ ਆਂਦੀ ਹੁੰਦੀ ਤੇ ਅਸੀਂ ਇਹ ਦੇਖੋ ਸਿਰਫ ਮਮਤਾ ਰਹਿ ਜਾਂਦੇ ਸੀ ਕੁੱਲ ਕਰਨੀ ਲੈ ਆਉਣੀ ਸੀ ਆਹੋ ਤੁਸੀਂ ਕੁੱਲ ਕਰਨੀ ਲਿਆ ਕੇ ਅਗੋ ਕੁੱਲ ਕਰਕੇ ਕਰਨੀ ਕਰਕੇ ਕਰਨੀ ਦੇਣੀ ਸੀ ਅਗੜ ਮੈਂ ਤੇਰੇ ਖਾਬ ਚ ਆ ਕੇ ਕੋ ਤੇਰਾ ਜ਼ਿਆਤੀ ਕਰਾਂ ਤੂੰ ਸੁਬਾ ਮੈਨੂੰ ਪਕੜੇਗਾ ਨਹੀਂ ਤੁਸੀਂ ਬਹੁਤ ਵਾਰੀ ਖਾਬ ਚ ਆ ਕੇ ਮੇਰੇ ਨਾਲ ਜ਼ਿਆਤੀ ਕੀਤੀ ਹੈ ਕਈ ਵਾਰੀ ਮੇਰੀ ਜੁੱਤੀ ਚੁੱਕ ਕੇ ਲੈ ਗਏ ਜੇਬ ਚੋਂ ਪੈਸੇ ਕੱਢ ਕੇ ਲੈ ਗਏ ਲੇਕਿਨ ਮੈਂ ਕਿੱਥੇ ਫੜ ਸਕਦਾ ਤੁਹਾਨੂੰ ਜਨਾਬ ਹੈਲੋ ਅੱਛਾ ਬੜਲ ਬਾਤ ਕੀ ਹੈ ਆ ਮੈਂ ਕਾਲ ਬੰਦ ਕਰਨ ਲੱਗਾ ਹੱਕ ਸੱਚ ਦੀ ਗੱਲ ਕਰੋ ਇਹਨੂੰ ਜੁੱਤੀਆਂ ਮਾਰੋ ਫੜ ਕੇ ਤੇ ਹਿਰਨਾ ਵਾਪਸ ਦਿਓ ਜਿੰਨਾਂ ਦੀ ਹੈ ਮੈਂ ਇਹਨਾਂ ਨੂੰ ਮੈਂ ਕਰਦਾ ਇਹਨਾਂ ਦੇ ਨਾਲ ਇਹਨਾਂ ਦਾ ਵੇਖਾਲ ਕੀ ਕਰਦਾ ਇੱਕ ਤੁਸੀਂ ਲਫ਼ਜ਼ ਕਿਹਾ ਸੀ ਕੀ ਕੀਤਾ ਸੀ ਇਹਨਾਂ ਨੂੰ ਤੁਸੀਂ ਕੰਡੈਮਨਡ ਕੀਤਾ ਆਹਾਹਾ ਅੱਛਾ ਠੀਕ ਹੈ ਚਲੋ ਬੜੀ ਮਿਹਰਬਾਨੀ ਜੀ ਜਰਾਂ ਅਸਲਾਮ ਵਾਲੇਕਮ ਜੀ ਖੁਦਾ হাফেজ ਅੱਲਾਹ হাফেজ ਅੱਲਾਹ হাফেজ ਉਹਦਾ ਗੋਸ਼ਟ ਮੈਂ ਸੁਣਿਆ ਜੀ ਬਹੁਤ ਮਜ਼ੇਦਾਰ ਹੁੰਦਾ ਹੈ ਹਿਰਨ ਦਾ ਆਪ ਕੋ ਬਤਾ ਦੂੰ ਕਿ ਸਭ ਤੋਂ ਜ਼ਿਆਦਾ ਮਜ਼ੇਦਾਰ ਗੋਸ਼ਟ 4 ਨੰਬਰ ਦੇ ਨੌਕਰ ਤੇ ਜਿਹੜਾ ਕਸਾਈ ਉਹ ਤਾਂ ਹੁੰਦਾ ਉਸ ਤੋਂ ਬਾਅਦ ਮਜ਼ੇਦਾਰ ਗੋਸਤ 19 ਨੰਬਰ ਦੇ ਨੁੱਕਰ ਤੇ ਜਿਹੜੀ ਕਰਾਨਾਂ ਦੇ ਨਾਲ ਕसाई ਦੁਕਾਨ ਆ ਉਹਦਾ ਹੁੰਦਾ। ਅੱਤ ਉਸ ਤੋਂ ਬਾਅਦ ਬੂਤੇ ਦਾ ਹੁੰਦਾ। ਲੱਖ ਦੀ। Eid ਦਾ ਕਿਉਂ ਨਹੀਂ ਮਜ਼ੇਦਾਰ ਹੁੰਦਾ ਬੂਟਾ ਜੀ? Eid ਦਾ ਗੋਸਤ ਤੇ ਬਾਈ Eid ਦਾ ਕਿਉਂਕਿ ਸਾਰਾ ਨਿਜ਼ਾਮ ਜਿਹੜਾ ਉਹ ਆਪਣੇ ਸਾਹਮਣੇ ਅੱਖਾਂ ਦੇ ਹੋਇਆ ਹੁੰਦਾ ਨਾ। ਅੱਛਾ ਜਿਹੜਾ ਅੱਖਾਂ ਦੇ ਸਾਹਮਣੇ ਨਿਜ਼ਾਮ ਹੋਇਆ ਹੋਵੇ ਉਹ ਨਹੀਂ ਮਜ਼ੇਦਾਰ ਹੁੰਦਾ। ਜਾ। ਇਹ ਬੂਟਾ ਜੀ ਨੇ ਹਿਰਨਾ ਦੇ ਨਾਲ ਕਸਤੂਰੀਆਂ ਤੇ ਨਹੀਂ ਲੱਗੀਆਂ। ਹਿਰਨਾ ਕਸੂਰੀ ਵੀ ਲੱਗੀ ਹੁੰਦੀ ਹੈ ਨਾ। ਕਿਉਂ ਜੀ? ਤੁਹਾਡੇ ਹਿਰਨ ਕਸਤੂਰੀ ਵਾਲੇ ਨੇ। ਮੈਂ ਮੇਰੀਆਂ ਹਿਰਨਾ ਦੇ ਇਹਨਾਂ ਦੀ ਬਹੁਤ ਆਖਾ ਜਨਾਬ ਮੇਰੀਆਂ ਹਿਰਨਾ ਕਸੂਰੀ ਵਾਲੀਆਂ ਹੋਣੀਆਂ ਕੋ ਜੋੜੀਆਂ ਮਰਜੀ ਹੋਣ ਮੇਰੇ ਲਈ ਉਹ ਜ਼ਰੂਰੀ ਆਲੀਆਂ ਨੇ ਇਹਨਾਂ ਨੂੰ ਕਹੋ ਕਿ ਥੋੜਾ ਜਿਹਾ ਕੰਟਰੋਲ ਦੇ ਵਿੱਚ ਰਹੀ ਭਾਈ ਹਿਰਨਾ ਫੜੀਆਂ ਬੈਰੀ ਜਹਾਜ਼ ਫੜ ਲੈ ਜੰਗਲ ਦੇ ਵਿੱਚੋਂ ਤੂੰ ਭਾਈ ਇਹ ਸਮਲੋ ਪਾਦੀਏ ਤੇ ਮਿੰਥਾਲਾ ਮੇਰੀ ਤੇ ਅਦਾਲਤ ਨੂੰ ਮੈਂ ਤੇ ਬਦਾਨ ਦਦਾਨਾ ਚਾਹਨਾ ਅਦਾਲਤਾਂ ਤੁਹਾਦੀ ਦੇ ਦੇ ਤਿਆਨਾ ਮੈਂ ਹਿਲਨ ਤਾਂ ਮੇਰਾ ਕੋਈ ਨਾ ਨਹੀਂ ਜਨਾਬ ਮੈਂ ਫੋਨ ਬੰਦ ਕਰ ਲਾਂਗਾ ਓਕੇ ਅੱਲਾਹ ਦੇ ਤਾਲਾ ਦੇ ਦੇ ਤਿਆ ਮਿਲਾਈ ਨਾ ਥਲਾ ਆ ਤਾਂ ਬੂਤ ਤੇ ਜਲਦੀ ਪਲੋਦਲਾ ਮਤਾਲਾ ਦਾ ਮੈਨੂੰ ਫੋਨ ਆਈ ਜਾਂਦੇ ਦਿਨ ਬਾਦਰ ਹਲੋ ਹਲੋ ਬੁੱਢਾ ਹੀ ਮੇਰਾ ਬੈਲੰਸ ਆਇਆ ਹੋਣਾ ਗੱਲ ਕਰੋ ਜੀ ਬਤਾ ਬੁੱਢਾ ਹੀ ਮੇਰਾ ਬੈਲੰਸ ਆਇਆ ਮੈਂ ਮਸਲਾ ਹੈ ਜੀ ਕਿ ਮੈਂ ਮਹੱਲੇ ਦੇ ਵਿੱਚੋਂ ਫੜੀ ਸੀ ਇੱਕ ਕੋਕੜੀ ਉਹ ਲੰਗੜਾ ਕੇ ਤੁਰਦੀ ਸੀ ਥੋੜੀ ਜੀ ਜ਼ਖਮੀ ਸੀਗੀ ਉਹਨੂੰ ਕਿਤੇ ਬਿੱਲੀ ਬੁੱਲੀ ਨੇ ਮਾਰਿਆ ਚੱਕ ਮੈਂ ਉਹਨੂੰ ਚੋਕੇ ਕਰ ਲੈੰਦਾ ਹੁਣ ਬੁੱਢਾ ਜੀ ਉਹ ਮੇਰੇ ਨਾਲ ਗਿੱਜ ਗਈ ਆ ਅੱਛਾ ਜੀ ਤਿੱਥ ਤਿੱਥ ਦਿਮਲੇ ਦੇ ਵਿੱਚ ਦੇ ਦਈ ਆਂਡੇ ਦੇ ਨੇ ਦੇ ਦਈ ਜਾਂ ਨਹੀਂ ਨਹੀਂ ਆਂਡੇ ਤੇ ਉਹ ਪਹਿਲੇ ਵੀ ਦਿੰਦੀ ਸੀ ਹੁਣ ਤੇ ਆਂਡੇ ਦਿੰਦੀ ਨਹੀਂ ਜੀ ਰਾਮ ਸਵੇਰ ਸ਼ਾਮ ਦੁਪਹਿਰ ਚਾਰ ਟਾਈਮ ਪੰਜ ਟਾਈਮ ਛੇ ਟਾਈਮ ਅੱਠ ਟ 10 ਵੀ ਆਂਡੇ ਦੇ ਦਿੰਦੀ ਇੱਕ ਦਿਹਾੜੀ ਕਿਸ ਟਾਈਮ ਹਣ ਬੰਦਾ ਜੀ ਉਹ ਬੂਤਾ ਜੀ ਕੋਈ ਬੰਦੇ ਆ ਕੇ ਚਾਰ ਪੰਜ ਦੋ ਦਿਨ ਦਿਨ ਪਹਿਲੇ ਜਿਹ ਇਹ ਜੀ ਇਹ ਕੁਕੜੀ ਸਾਡੀ ਹੈ ਜਨਾਬ ਉਹ ਤੇ ਤੁੱਤਰ ਨੇ ਰਿਪੋਰਟ ਲਹਾਈੋ ਨਹੀਂ ਹੁਣ ਮੈਨੂੰ ਇਹ ਦੱਸੋ ਵੀ ਇਹ ਉਹ ਕੁਕੜੀ ਤੇ ਮੇਰੀ ਆ ਮੈਨੂੰ ਅੱਲਾ ਦੀ ਜ਼ਮੀਨ ਤੋਂ ਲੱਭੀ ਸੀ ਨਾ ਉਹਦਾ ਕੋਈ ਅਤਾ ਪਤਾ ਨਾ ਉਹਦੇ ਕੋ ਮਾਰਦੇ ਉਹਦੇ ਕੋ ਗੱਲ ਬਾਤ ਹੁਣ ਦੱਸੋ ਕੁਕੜੀ ਮੇਰੀ ਨਹੀਂ ਬਣਦੀ ਬੂਤਾ ਦੀ ਮੇਰੀ ਦਲ ਬੂਤਾ ਦੀ ਤੁਹਾਨੂੰ ਦਲ ਦਥਾ ਤੁਮ ਦੇ ਪਾਤੀ ਤਾ ਹੁਣ ਦਦਿਆਂ ਦੇ ਤੇ ਤੁੱਤਿਆਂ ਦੇ ਵੀ ਤਾ ਤਾ ਬਣਾਏ ਦੀ ਜਾਂਦੇ ਕਿਸੇ ਦੇ ਬਖੋੜ ਬਕ ਬਕ ਫਜ਼ੂਲ ਬੱਕ ਬੱਕ ਚਲਦਾ ਰਿਹਾ ਤੈ ਤੂੰ ਵੀ ਬਾਹਰ ਚਲਾ ਜਾਏਗਾ ਹਾਂਜੀ ਤੁਸੀਂ ਵੀ ਬਣਵਾ ਲਓ ਹਤੂਮਤ ਮੁੱਤਰੀ ਨਾ ਦਾਈ ਕੁਕੜੀ ਦਾ ਮੈਂ ਕੀ ਕਰਾਂ ਮੈਨੂੰ ਦੱਸੋ ਉਹ ਕੁਕੜੀ ਕੀ ਦੀ ਆ ਯਾਰ ਉਹ ਮੇਰੀ ਨਹੀਂ ਨਹੀਂ ਉਹ ਤੁਹਾਡੀ ਨਹੀਂ ਉਹ ਜਿਸ ਸ਼ਖਸ ਦੀ ਉਹ ਤੁਹਾਡੇ ਕਲੇਮ ਕਰ ਸਕਦਾ ਉਹਦੇ ਕੋਲ ਉਹਦੇ ਕੋਲ ਕੀ ਸਬੂਤ ਆ ਕਿ ਕੁਕੜੀ ਉਹਦੀ ਆ ਆਪਕੇ ਖਿਲਾਫ 370 ਉਹਦੇ ਨਾਲ ਵੇਖ ਕੇ ਕਿਹੜਾ ਕੁਕੜੀ ਅੱਬੂ ਅੱਬੂ ਕਰਨ ਲੱਗ ਪੈਂਦੀ ਆ ਯਾਰ ਕੋਈ ਕੁਕੜੀ ਅੱਬੂ ਅੱਬੂ ਨਹੀਂ ਕਰਦੀ ਯਾਰ ਇਹਨਾਂ ਦਾ ਕੋਈ ਅੱਬੂ ਅੱਬੂ ਪਿਆਰ ਪਿਉ ਦਾ ਲਾ ਯਾਰ ਜੀ ਦਾ ਹਿਰਨ ਇਹ ਉਹਨੂੰ ਜਾਨੂ ਕਹਿ ਸਕਦਾ ਉਹ ਇਹਦੇ ਖਾਬਾਂ ਚ ਆ ਸਕਦੀ ਤੇ ਮੇਰੀ ਕੁਕੜੀ ਨਾ ਮੇਰਾ ਮੇਰਾ ਜਾਨੂ ਨਹੀਂ ਬਣ ਸਕਦੀ ਮੇਰੀ ਕੁਕੜੀ ਮੈਂ ਨਹੀਂ ਤੇਰੀ ਕੁਕੜੀ ਉਹ ਯਾਰ ਕਿੱਧਰ ਕੁਕੜੀ ਲੈ ਕੇ ਬਾਣਾ ਆਇਆ ਤੂੰ ਯਾਰ ਲੈ ਕਿਉਂ ਕਾਤੋ ਉਹ ਆਂਡਾ ਨਹੀਂ ਦਿੰਦੀ ਮੈਂ ਤੋਂ ਬਗੈਰ ਮੈਂ ਕਰਨਾ ਉਹ ਆਂਡਾ ਨਹੀਂ ਦਿੰਦੀ ਉਹ ਮੈਂ ਹੋਵਾਂ ਉਹਦੇ ਲਾਗੇ ਤੇ ਉਹਨੇ ਆਂਡਾ ਦੇਣਾ ਹੁੰਦਾ ਤੁਹਾਡਾ ਮੂੰਹ ਵੇਖ ਤੇ ਦਿੰਦੀ ਹੁੰਨੀ ਮੈਂ ਸਮਝਦੇ ਆ ਬਹਰਾਲ ਜੇ ਮੇਰੀ ਕੁਕੜੀ ਦਾ ਕੋਈ ਮਸਲਾ ਬਣਿਆ ਤੇ ਆਪਣੇ ਅਗਲੇ ਪ੍ਰੋਗਰਾਮ ਦਾ ਵਿਕਟਮ ਫਿਰ ਮੈਨੂੰ ਹੀ ਸਮਝਿਓ ਠੀਕ ਆ ਜੀ ਮੈਂ ਵਿਦ ਕੁਕੜੀ ਆਵਾਂਗਾ ਠੀਕ ओके वाह तू ਆਪਣੀ কুকੜੀਨ ਦੇਖੇ ਤਾਂ ਦਦਾਫਾ ਹੋ ਜਾ ਯਾਰ ਅੱਛਾ ਤੁਹਾਡਾ ਹਿਰਨ ਹਿਰਨ ਤੇ ਸਾਡੀ কুকੜੀ ਕੁੱਤਾ ਬਹੁਤ ਅੱਛੇ ਓਕੇ ਦਦਾਫਾ ਹੋ ਜਾ ਯਾਰ ਬਾਦ ਇਹ ਆਪ ਥੋੜਾ ਸੈਰੀਅਸ ਮੈਂ ਆਪਕੋ ਬਤਾ ਦਉਂ ਔਰ ਉਹ ਜਿਹੜੀ ਹਿਰਨ ਨਾ ਬੇਟਾ ਉਹਨਾਂ ਦੀ ਜਿੰਨਾ ਦੀ ਹੈ ਤੂੰ ਤੂੰ ਤੀਜੇ ਮਹੱਲਿਆਂ ਆਪੇ ਹਿਰਨਾਂ ਦਾ ਮਾਮਾ ਸੌੜਾ ਬਣਿਆ ਤਰਕੈ ਨੇ ਮੈਂ ਤੇ ਦੱਲ ਤੰਨੀ ਮੇਰੀ ਪਹਿਲੇ ਥਨ ਲੋ ਨਾਜ਼ਿਰ ਇਹ ਮਿਸਟਰ ਥੱਤਾ ਕੁਝ ਕਹਿਣਾ ਚਾਹਤੇ ਹੈ ਮੈਂ ਇੱਕ ਛੋਟੀ ਜੀ ਗੱਲ ਕਾਣ ਵੇਲੇ ਉਸ ਤੋਂ ਬਾਅਦ ਅੱਥੇ ਦੀ ਗੱਲ ਤੁਸੀਂ ਸੁਣਨਾ ਬੜੇ ਗੌਰ ਦੇ ਨਾਲ ਲੇਕਿਨ ਮੈਂ ਇੱਕ ਓਕੇ ਨਾਜ਼ਰੀਨ ਅੱਲਾ ਹਾਫਿਜ਼ ਚਾਲ ਕਰੇ ਜਾਕਲ ਹੁਣ ਮੈਂ ਤਤਾ ਦਲ ਤਨੀ